ਸਤਿ ਸ਼੍ਰੀ ਅਕਾਲ, ਮੈਂ ਰਾਜਵਿੰਦਰ ਕੌਰ ਹਾਜ਼ਰ ਹਾਂ ਸਿਆਸੀ ਹਲਚਲ ਲੈ ਕੇ। ਬੇਅਦਬੀ ਦੇ ਦੋਸ਼ੀ ਤੇ ਹੁਣ ਸਰਕਾਰੀ ਗਵਾਹ ਬਣ ਚੁੱਕੇ ਪ੍ਰਦੀਪ ਕਲੇਰ ਨੇ ਡੇਰਾ ਮੁਖੀ ਦੀ ਬੇਅਦਬੀ ਤੇ ਮਾਫੀ ਦੇ ਮੁੱਦੇ ਅਤੇ ਸੰਪਰਦਾਇਕ ਮੁੱਦਿਆਂ ਤੇ ਸੁਖਬੀਰ ਬਾਦਲ ਤੇ ਸਵਾਲ ਖੜੇ ਕੀਤੇ ਨੇ। ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕਿ 12 ਜੁਲਾਈ 2015 ਨੂੰ ਦਿੱਲੀ ਦੇ 12 ਸਫਦਰਗੰਜ ਸਥਿਤ ਕੋਠੀ ਵਿਖੇ ਸੁਖਬੀਰ ਨੇ ਆਪਣੇ ਇੱਕ ਸਾਥੀ ਨਾਲ ਪੰਜਾਬ ਵਿੱਚ MSG ਜਾਰੀ ਕਰਨ ਦੇ ਮਾਮਲੇ ਤੇ ਕਿਹਾ ਸੀ ਕਿ ਬਾਬਾ ਲਿਖਤੀ ਰੂਪ ਵਿੱਚ ਮਾਫ਼ੀ ਮੰਗੇ, ਬਾਕੀ ਅਸੀਂ ਸੰਭਾਲ ਲਵਾਂਗੇ। ਪ੍ਰਦੀਪ ਮੁਤਾਬਿਕ ਬਾਦਲ ਨੇ ਕਿਹਾ ਕਿ ਜੇ ਉਹ ਤੁਹਾਡਾ ਬਾਬਾ ਹੈ ਤਾਂ ਮੈਂ ਇੱਥੇ ਪੰਜਾਬ ਦਾ ਬਾਬਾ। ਕਲੇਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮੀਤ ਨਾਲ ਕੋਈ ਸੰਬੰਧ ਨਾ ਰੱਖਣ ਦੇ ਹੁਕਮਾਂ ਦੇ ਬਾਵਜੂਦ ਸੁਖਬੀਰ ਉਸਨੂੰ ਗੁਪਤ ਰੂਪ 'ਚ ਮਿਲਦੇ ਨੇ। ਦੂਜੇ ਪਾਸੇ ਸੁਖਬੀਰ ਨੇ ਇਹਨਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਖਾਲਸਾ ਪੰਥ ਦੇ ਸਰਵਉੱਚ ਧਾਰਮਿਕ ਅਸਥਾਨ ਅੱਗੇ ਪੇਸ਼ ਹੋ ਚੁੱਕਾਂ, ਮੈਂ ਉਸਦੇ ਫੈਸਲੇ ਦੀ ਉਡੀਕ ਕਰਾਂਗਾ, ਉਸ ਤੋਂ ਬਾਅਦ ਮੈਂ ਇਸਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੀਤੇ ਖੁਲਾਸਿਆਂ ਦਾ ਜਵਾਬ ਮੰਗਿਆ। ਗੁਰਪ੍ਰਤਾਪ ਸਿੰਘ ਵਡਾਲਾ ਦੇ ਇਹਨਾਂ ਸਵਾਲਾਂ ਦਾ ਜਵਾਬ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤਾ ਗਿਆ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਡਾਲਾ ਸਾਹਿਬ, ਤੁਹਾਡਾ ਬਿਆਨ ਪੜ੍ਹ ਕੇ ਅਤੇ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਘੱਟੋ ਘੱਟ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨਾਲ ਅਤੇ ਉਸਦੇ ਝੂਠ ਨਾਲ ਖੜ ਜਾਓਗੇ। ਪ੍ਰਦੀਪ ਕਲੇਰ ਨਾਲ ਤੁਹਾਡੀ ਹਮਦਰਦੀ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਕਿ ਤੁਹਾਨੂੰ ਪ੍ਰਦੀਪ ਕਲੇਰ 'ਤੇ ਪੂਰਾ ਭਰੋਸਾ ਹੀ ਨਹੀਂ, ਸਗੋਂ ਤੁਸੀਂ ਦੁਨੀਆ ਦੇ ਇਸ ਮਹਾਂਪਾਪੀ ਅਤੇ ਸ਼ੈਤਾਨ ਵੱਲੋਂ ਬੋਲੇ ਜਾ ਰਹੇ ਝੂਠ ਦੇ ਹੱਕ ਵਿੱਚ ਡਟ ਕੇ ਖੜ ਗਏ ਹੋ। ਤੁਹਾਡਾ ਅਜਿਹਾ ਵਿਹਾਰ ਦੇਖ ਕੇ ਮੇਰੇ ਵਰਗੇ ਸਾਰੇ ਬੜੇ ਹੈਰਾਨ ਅਤੇ ਦੁਖੀ ਨੇ ਕਿ ਟਕਸਾਲੀ ਅਕਾਲੀ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਫਰਜ਼ੰਦ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਗੰਦੀ ਰਾਜਨੀਤੀ ਵਿੱਚ ਇੰਨਾ ਥੱਲੇ ਚਲਾ ਜਾਊਗਾ ਕਿ ਧੰਨ ਸ਼੍ਰੀ ਗੁਰੂ ਸਾਹਿਬ ਗ੍ਰੰਥ ਸਾਹਿਬ ਦੀ ਅੱਧੀ ਦਰਜਨ ਵਾਰ ਬੇਅਦਬੀ ਕਰਨ ਵਾਲੇ ਪ੍ਰਦੀਪ ਕਲੇਰ ਦੇ ਪੱਖ ਵਿੱਚ ਖੜ ਜਾਊਗਾ। ਜਦੋਂ ਜਿਨ੍ਹਾਂ ਲੋਕਾਂ ਦਾ ਏਜੰਡਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ, ਉਸ ਏਜੰਡੇ ਦਾ ਇੱਕ ਹਿੱਸਾ ਸੀਗਾ ਉਹਨਾਂ ਨੂੰ ਚੁੱਕ ਕੇ ਪਾਸੇ ਕਰਨਾ, ਅਤੇ ਜਦੋਂ ਉਹਨਾਂ ਦੇ ਨਾਲ ਹੀ ਚਲੇ ਗਏ ਜਿਹੜੇ ਅਕਾਲੀ ਦਲ ਦੇ ਵਿੱਚ ਖਦਾਰਾ ਪਾਉਣਾ ਚਾਹੁੰਦੇ ਸੀਗੇ, ਅਤੇ ਫਿਰ ਜੋ ਵਾਪਰਦਾ ਹੈ ਫਿਰ ਤਾਂ ਸਰ ਅਕਾਲੀ ਦੇ ਇੱਕ ਸੇਵਾਦਾਰ ਸਿੰਘ ਮਹੰਤ ਵੀ ਹੁੰਦਾ ਸੀਗਾ, ਉਹ ਵੀ ਕਹਿੰਦਾ ਮੈਂ ਅਕਾਲੀ, ਉਹਦਾ ਉਹਦੇ ਅਕਾਲੀ ਦਲ ਦਾ ਨਾਂ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਮਹੰਤ ਸੇਵਾਦਾਸ। ਹਾਂਜੀ, ਅਕਾਲੀ ਦਲ ਦੇ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਫਤਿਹ ਲਾਈ ਫਿਰਦੇ ਆ। ਅਕਾਲੀ ਦਲ ਬਚਾਓ ਮੁਹਿੰਮ ਚਲਾਉਣੀ ਆ, ਅਰਦਾਸ ਬੇਨਤੀ ਕੁਝ ਦਿਨ ਪਹਿਲਾਂ ਕਰਕੇ ਗਏ ਆ, ਬਾਕੀ ਚਲਾਏਗਾ ਸਪੋਰਟ ਕਰਦੇ ਆ। ਇਹ ਸ਼ਬਦ ਹੈ ਨਾ, ਸ਼ਬਦ ਦੀ ਵਰਤੋਂ ਕੋਈ ਵੀ ਕਰ ਸਕਦੇ ਜੇ, ਗੱਲ ਤਾਂ ਮੈਂ ਵੀ ਸ਼ਬਦਾਂ ਦੀ ਵਰਤੋਂ ਕਰ ਰਿਹਾ, ਸ਼ਬਦ ਵਰਤਣੇ ਗੱਲ ਹੋਰ ਹੈ। ਦੇਖੋ ਤੁਸੀਂ ਮੈਂ ਸਾਰੇ ਆਪਾਂ ਇੱਕ ਪਰਿਵਾਰ ਦਾ ਹਿੱਸਾ ਮੰਨ ਲਈਏ, ਮੈਨੂੰ ਤੁਹਾਡੇ ਤੋਂ ਸ਼ਿਕਾਇਤ ਹੈ ਜਾਂ ਤੁਹਾਨੂੰ ਮੇਰੇ ਤੋਂ ਸ਼ਿਕਾਇਤ ਹੈ ਜਾਂ ਕਿਸੇ ਨੂੰ ਆਪਣੇ 'ਚੋਂ ਇੱਕ ਦੂਜੇ ਨੂੰ ਸ਼ਿਕਾਇਤ ਹੈ, ਆਪਾਂ ਇੱਥੇ ਬੈਠ ਕੇ ਗੱਲ ਕਰ ਲਾਂਗੇ। ਜਿੰਨਾ ਚਿਰ ਆਪਾਂ ਇੱਥੇ ਬੈਠੇ ਹਾਂ ਤਾਂ ਕਹਿੰਦੇ ਹਾਂ ਯਾਰ ਪਰਿਵਾਰ ਹੀ ਸਾਰਾ ਤੇਰੇ ਕਰਕੇ ਚੱਲਦਾ ਹੈ, ਤੇਰੇ ਜਿੰਨੀ ਮਿਹਨਤ ਹੀ ਕੋਈ ਨਹੀਂ ਕਰਦਾ। ਅਤੇ ਜਦੋਂ ਆਪਾਂ ਕਿ ਸਾਛ ਦਾ ਸ਼ਿਕਾਰ ਹੋ ਜਾਂਦੇ ਹਾਂ ਫਿਰ ਆਪਾਂ ਝੰਡਾ ਚੱਕ ਲੈਂਦੇ ਹਾਂ, ਅਤੇ ਫਿਰ ਕਹਿੰਦੇ ਕਿ ਅਸੀਂ ਅਕਾਲੀ ਦਲ ਮਜ਼ਬੂਤ ਕਰ ਰਹੇ ਹਾਂ। ਯਾਰ ਤੁਸੀਂ ਸ਼ਰੀਕਾਂ ਦੇ ਢਹਿ ਚੜ੍ਹ ਕੇ ਅਤੇ ਗੱਲਾਂ ਕਰੋ ਵੱਡੀਆਂ ਅਤੇ ਕਰੋ ਪੁੱਠੀਆਂ, ਅਤੇ ਫਿਰ ਕਹੋ ਅਕਾਲੀ ਦਲ ਮਜ਼ਬੂਤ ਕਰ ਰਹੇ ਹਾਂ। ਮੈਨੂੰ ਤਾਂ ਦੁਨੀਆ ਦਾ ਲੌਜਿਕ ਨਹੀਂ ਪਤਾ ਲੱਗਾ। ਨਹੀਂ ਚਲੋ ਕਰਨ ਜੀ, ਅੱਗੇ ਢੀਂਗਸਾ ਸਾਹਿਬ ਨੇ ਸ਼ੁਰੂ ਕੀਤਾ ਸੀਗਾ 2000 ਮੇਰਾ ਖਿਆਲ 2017 'ਚ, ਬ੍ਰਹਮਪੁਰਾ ਸਾਹਿਬ ਨੇ ਕੀਤਾ ਸੀਗਾ, ਸੇਖਾਵਾਂ ਸਾਹਿਬ ਨੇ ਕੀਤਾ ਸੀਗਾ, ਡਾਕਟਰ ਅਦਨ ਸਿੰਘ ਨੇ ਕੀਤਾ ਸੀਗਾ,
ਅਤੇ ਮੈਨੂੰ ਯਾਦ ਹੈ ਬ੍ਰਹਮਪੁਰ ਸਾਹਿਬ 'ਤੇ ਆ ਗਏ ਸੀ ਵਿਚਾਰ ਵਾਪਸ, ਉਹਨਾਂ ਨੇ ਗੱਲ ਕਰਦੇ ਨਾਲ ਹੱਸ ਪੈਣ ਦੇ ਨਾਲ ਕਹਿਣਾ ਕਾਕਾ ਹੈ ਕਿ ਸਬਕ ਲੈ ਲਓ, ਕਿਹਦੀ ਚੁੱਕਣਾ ਜਾਣਾ ਹੈ ਜੀ। ਅਕਾਲੀ ਦਲ ਅਕਾਲੀ ਦਲ ਜੇ, ਅਕਾਲੀ ਦਲ ਮਾਂ ਪਾਰਟੀ ਜੇ, ਵੇਖਿਆ ਜੀ ਕਿਤੇ ਇਹ ਤੋਂ ਪਾਸੇ ਨਾ ਜਾਇਆ। ਮੈਂ ਜਾ ਕੇ ਬੜੇ ਬੜਾ ਪਰੇਸ਼ਾਨ ਹੋਇਆ ਜੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਿਤ ਕੀਤਾ ਜਾਏਗਾ। ਇਹ ਦਾਅਵਾ ਸਿਰਸਾ ਦੀ ਡੱਬ ਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਜਨ ਨਾਇਕ ਜਨਤਾ ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਦਿੱਗ ਵਿਜੇ ਚੌਟਾਲਾ ਨੇ ਕੀਤਾ। ਦਿੱਗ ਵਿਜੇ ਚੌਟਾਲਾ ਨੇ ਕਿਹਾ ਕਿ ਹੈਰਾਨ ਕਰ ਦਿੱਤਾ ਹੈ ਕਿ ਉਹ ਡੱਬ ਵਾਲੀ 'ਚ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਉਣਗੇ। ਦਿੱਗ ਵਿਜੇ ਚੌਟਾਲਾ ਦਾ ਕਹਿਣਾ ਹੈ ਕਿ ਇਹ ਮੂਰਤੀ ਅਗਲੇ 2 ਮਹੀਨਿਆਂ 'ਚ ਬਣ ਕੇ ਤਿਆਰ ਹੋਏਗੀ। ਇਸ ਦੇ ਲਈ ਡੱਬ ਵਾਲੀ ਦੀ ਇੱਕ ਖਾਸ ਜਗ੍ਹਾ ਤੈਅ ਕੀਤੀ ਜਾ ਰਹੀ ਹੈ। ਦਿੱਗ ਵਿਜੇ ਨੇ ਦੱਸਿਆ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਮਨਜ਼ੂਰੀ ਲਈ ਹੈ। ਬੁੱਤ ਲਗਾਉਣ ਤੋਂ ਬਾਅਦ ਬਲਕੌਰ ਸਿੰਘ ਖੁਦ ਆ ਕੇ ਸਿੱਧੂ ਮੂਸੇਵਾਲਾ ਦੇ ਬੁੱਤ ਦਾ ਆਪਣੇ ਹੱਥੀਂ ਉਦਘਾਟਨ ਕਰਨਗੇ। ਦਿੱਗ ਵਿਜੇ ਨੇ ਕਿਹਾ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਦੇਸ਼ ਅਤੇ ਦੁਨੀਆ 'ਚ ਨਾਮ ਕਮਾਇਆ, ਜੋ ਕਿ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ। ਅਤੇ ਉਹਦਾ ਕਹਿਣਾ ਹੈ ਕਿ ਡੱਬ ਵਾਲੀ ਵਿੱਚ ਮੂਸੇਵਾਲਾ ਦਾ ਬੁੱਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਸੀਐਮ ਮਾਨ ਨੇ ਅਰਵਿੰਦ ਕੇਜਰੀਵਾਲ ਲਈ ਮੋਦੀ ਸਰਕਾਰ ਨੂੰ ਘੇਰੇ, ਇਲਜ਼ਾਮ ਧੱਕੇਸ਼ਾਹੀ ਦਾ ਲਾਇਆ ਹੈ ਅਤੇ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਦੌਰਾਨ ਸੀਐਮ ਨੇ ਪ੍ਰਧਾਨ ਮੰਤਰੀ ਨੂੰ ਲਾਡ ਸਾਹਿਬ ਕਹਿ ਕੇ ਵੀ ਸੰਬੋਧਨ ਕੀਤਾ। ਕਿਸੀ ਨੇ ਜਾ ਕੇ ਉਸਕੋ ਬੋਲ ਦਿਆ ਕਿ ਸਰ ਦਿੱਲੀ ਮੇਂ ਸਕੂਲ ਇਤਨੇ ਅੱਛੇ ਹੋ ਗਏ ਕਿ ਸਰਕਾਰੀ ਸਕੂਲੋਂ ਮੇਂ ਐਡਮਿਸ਼ਨ ਬੜ ਗਈ ਹੈ, ਪ੍ਰਾਈਵੇਟ ਸਕੂਲੋਂ ਮੈਂ ਐਡਮਿਸ਼ਨ ਕਮ ਹੋ ਗਈ ਹੈ, ਪ੍ਰਾਈਵੇਟ ਸਕੂਲ ਬਾਰੇ ਹਮੇ ਵੋ ਦੇਤੇ ਹੈ ਕਮਿਸ਼ਨ, ਤੋ ਵੋ ਕਹਿ ਰਹੇ ਹੈ ਜੀ ਹਮਾਰੀ ਤੋ ਐਡਮਿਸ਼ਨ ਹੀ ਕਮ ਹੋ ਗਈ ਹੈ। ਅਰਵਿੰਦ ਕੇਜਰੀਵਾਲ ਨੇ ਸਕੂਲ ਹੀ ਇਤਨੇ ਅੱਛੇ ਬਣਾ ਦੀਏ ਤੋ ਵਹਾਂ ਲੋ ਬੱਚੇ ਐਡਮਿਸ਼ਨ ਲੈ ਰਹੇ ਹੈ। ਤੋ ਲਾਡ ਸਾਹਿਬ ਨੇ ਪੁੱਛਾ ਕਿਸ ਨੇ ਬਣਾਏ, ਕਹਤੇ ਜੀ ਮਨੀਸ਼ ਸਿਸੋਦੀਆ ਨੇ, ਉਠਾ ਕੇ ਜੇਲ ਮੇਂ ਫੈਂਕ ਦੋ, ਚਲੋ ਮਨੀਸ਼ ਸਿਸੋਦੀਆ ਜੇਲ ਮੇਂ। ਫਿਰ ਗਏ ਹਸਪਤਾਲ ਵਾਲੇ ਜੀ, ਇਤਨੇ ਬੜੇ ਬੜੇ ਹਸਪਤਾਲ ਬਣਾ ਲੇ ਪ੍ਰਾਈਵੇਟ, ਹਮਨੇ ਸ਼ੀਸ਼ੇ ਲਗਾ ਲੇ ਬੜੇ ਬੜੇ, 5 ਲੱਖ ਰੁਪਇਆ ਤੋਂ ਸੀਧੇ ਹੀ ਲੈਤੇ ਹੈ ਐਂਟਰੀ ਪਈ ਕਿ ਬਚ ਗਿਆ ਜਾਨ ਬਚ ਗਈ, 5 ਲੱਖ ਰੁਪਇਆ ਜਮ੍ਹਾਂ ਕਰਾ ਦੋ, ਬਾਅਦ ਮੇਂ ਇਲਾਜ ਕਰੇਂਗੇ ਜੀ। ਵੋ ਤੋ ਸਰਕਾਰੀ ਹਸਪਤਾਲ ਇਤਨੇ ਅੱਛੇ ਹੋ ਗਏ ਦਿੱਲੀ ਮੇਂ ਕਿ ਪ੍ਰਾਈਵੇਟ ਮੇਂ ਤੋ ਕੋਈ ਆਤਾ ਹੀ ਨਹੀਂ ਹੈ। ਤੋ ਲਾਡ ਸਾਹਿਬ ਨੇ ਪੁੱਛਾ ਕਿਸ ਨੇ ਬਣਾਏ, ਸਤਿੰਦਰ ਜੈਨ ਨੇ, ਉਠਾ ਕੇ ਜੇਲ੍ਹ ਮੇਂ ਫੈਂਕ ਦੋ, ਸਤਿੰਦਰ ਜੈਨ ਜੇਲ੍ਹ ਮੇਂ, ਮਨੀਸ਼ ਸਿਸੋਦੀਆ ਜੇਲ੍ਹ ਮੇਂ। ਫਿਰ ਕਿਸੀ ਨੇ ਕਿਹਾ ਅਰਵਿੰਦ ਕੇਜਰੀਵਾਲ ਜਹਾਂ ਵੀ ਜਾਤੇ ਹੈ ਭਾਜਪਾ ਕਾ ਸੂਪੜਾ ਸਾਫ ਹੋ ਜਾਤਾ ਹੈ ਜੀ, ਵੋ ਮੱਧ ਪ੍ਰਦੇਸ਼ ਵੀ ਜਾਤੇ ਹੈ, ਵੋ ਤੋ ਛੱਤੀਸਗੜ੍ਹ ਵੀ ਜਾਤੇ ਹੈ, ਵੋ ਦਿੱਲੀ ਵੀ ਜਾ ਦਿੱਲੀ ਮੇਂ ਤੋ ਰਹਿਤੇ ਹੀ ਹੈ, ਵੋ ਪੰਜਾਬ ਮੇਂ ਜਾਤੇ ਹੈ, ਤੋ ਕਿਆ ਕਰੇ, ਉਠਾ ਕੇ ਜੇਲ੍ਹ ਮੇਂ ਫੈਂਕ ਦੋ, ਅਰਵਿੰਦ ਕੇਜਰੀਵਾਲ ਕੋ ਜੇਲ੍ਹ ਮੇਂ ਫੈਂਕ ਦੇ। ਲੋਕ ਸਭਾ ਵਿੱਚ ਆਮ ਬਜਟ 2024 ਦੀ ਚਰਚਾ 'ਚ ਹਿੱਸਾ ਲੈਂਦੇ ਹੋਏ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਨੇ। ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਜਾਤੀ ਜਨਗਣਨਾ ਦੇ ਮੁੱਦੇ ਨੂੰ ਲੈ ਕੇ ਉਹਨਾਂ ਕਿਹਾ ਕਿ ਜਿਸ ਦੀ ਜਾਤ ਦਾ ਪਤਾ ਨਹੀਂ ਉਹ ਗੰਨੇ ਦੀ ਗੱਲ ਕਰਦਾ। ਇਸ 'ਤੇ ਲੋਕ ਸਭਾ 'ਚ ਹੰਗਾਮਾ ਹੋ ਗਿਆ। ਫਿਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੇ ਮੇਰਾ ਅਪਮਾਨ ਕੀਤਾ, ਮੈਂ ਬੋਲਣਾ ਚਾਹਾਂਗਾ, ਤੁਸੀਂ ਜਿੰਨਾ ਮਰਜ਼ੀ ਮੇਰੀ ਬੇਇੱਜ਼ਤੀ ਕਰ ਸਕਦੇ ਹੋ, ਪਰ ਇੱਕ ਦਿਨ ਅਸੀਂ ਇੱਥੇ ਜਾਤੀ ਗਣਨਾ ਪਾਸ ਕਰਾਂਗੇ।
ਇਸ 'ਤੇ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ 'ਤੇ ਫਿਰ ਹਮਲਾ ਬੋਲਿਆ। ਉਹਨਾਂ ਕਿਹਾ ਕਿ ਸਿਆਸਤ ਨੂੰ ਉਧਾਰੀ ਅਕਲ ਨਾਲ ਨਹੀਂ ਚਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਅੱਜ ਕੱਲ੍ਹ ਕੁਝ ਲੋਕਾਂ ਨੂੰ ਜਾਤੀ ਜਨਗਣਨਾ ਦਾ ਭੂਤ ਸਵਾਰ ਹੈ। ਉਹਨਾਂ ਨੇ ਫਿਰ ਕਿਹਾ ਕਿ ਮੈਂ ਕਿਹਾ ਸੀ ਕਿ ਜੋ ਲੋਕ ਜਾਤ ਨਹੀਂ ਜਾਣਦੇ ਉਹ ਗੰਨੇ ਦੀ ਗੱਲ ਕਰਦੇ ਨੇ, ਮੈਂ ਕਿਸੇ ਦਾ ਨਾਂ ਨਹੀਂ ਲਿਆ। ਅਤੇ ਇਸ ਦੌਰਾਨ ਸੰਸਦ 'ਚ ਕਾਫੀ ਹੰਗਾਮਾ ਹੋਇਆ। ਫਿਰ ਰਾਹੁਲ ਗਾਂਧੀ ਖੜ੍ਹੇ ਹੋ ਗਏ। ਰਾਹੁਲ ਗਾਂਧੀ ਬਾਰੇ ਅਨੁਰਾਗ ਠਾਕੁਰ ਵੱਲੋਂ ਦਿੱਤੇ ਗਏ ਬਿਆਨ 'ਤੇ ਅਖਿਲੇਸ਼ ਯਾਦਵ ਭੜਕ ਗਏ। ਜ਼ਰਾ ਦੇਖੋ ਤੁਸੀਂ ਵੀ ਅਖਿਲੇਸ਼ ਯਾਦਵ ਦਾ ਇਹ ਅੰਦਾਜ਼। ਇਨਸੇ ਯੇ ਪੁੱਛਣਾ ਚਾਹਤਾ ਹੂੰ, ਆਪਨੇ ਜਾਤੀ ਕੈਸੇ ਪੁੱਛ ਲਈ ਹੈ ਬਤਾਈਏ, ਬਸ ਆਪ ਜਾਤੀ ਕੈਸੇ ਪੁੱਛ ਸਕਤੇ ਹੈ, ਆਪ ਬਤਾਏ ਜਾਤੀ ਕੈਸੇ ਪੁੱਛ ਸਕਤੇ ਹੈ, ਆਪ ਪੁੱਛ ਕੇ ਦਿਖਾਓ ਜਾਤੀ ਤੁਮ, ਆਪ ਜਾਤੀ ਕੈਸੇ ਪੁੱਛੋਗੇ ਤੁਮ, ਕੈਸੇ ਪੁੱਛੋਗੇ ਜਾਤੀ। ਹਾਲਾਂਕਿ ਹੁਣ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਂਦੇ ਹਾਂ ਜਿਸ ਵਿੱਚ ਸੰਸਦ ਦੇ ਅੰਦਰ ਜਾਤੀ ਦੇ ਨਾਂ 'ਤੇ ਆਵਾਜ਼ ਚੁੱਕਣ ਵਾਲੇ ਯਾਦਵ ਜੀ ਬਾਹਰ ਇੱਕ ਪੱਤਰਕਾਰ ਤੋਂ ਉਸਦੀ ਜਾਤ ਪੁੱਛ ਰਹੇ ਨੇ ਅਤੇ ਉਸਨੂੰ ਜਾਤ ਬਦਲਣ ਲਈ ਵੀ ਕਹਿ ਰਹੇ। ਛੋੜੋ ਆਪਣਾ ਕੈਮਰਾ ਕਹੀਂ ਲੈ ਜਾਓ, ਚਲੋ ਆਪ ਲੋ ਐਂਡ ਆਰਡਰ ਕੀ ਬਾਤ ਕਰ ਰਹੇ ਹੈ, ਲੇਕਿਨ ਤੁਮ ਪਿਛੜੇ ਹੋ ਕਿ ਕਿਆ, ਨਾਮ ਕਿਆ ਤੁਹਾਰਾ? ਨਹੀਂ ਨਾਮ ਬਤਾਓ ਇਨਕਾ, ਕਿਆ ਹੈ ਨਾਮ ਬਤਾਓ? ਹਾਂ ਮਿਸ਼ਰਾ ਜੀ, ਅਰੇ ਮਿਸ਼ਰਾ ਜੀ ਕੁਛ ਸ਼ਰਮ ਕਰੋ। ਸੋ ਇਹ ਸੀ ਅਖਿਲੇਸ਼ ਯਾਦਵ ਦੇ ਦੋ ਰੂਪ। ਸੋ ਰਾਜਨੀਤੀ ਨਾਲ ਜੁੜੀ ਤਮਾਮ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।